चाचे का रसगुल्ला बड़ा मजेदार से चाचे का रसगुल्ला बड़ा मजेदार से मैं अपना बिल देता तुसी अपना आप ही दो। अस्सलाम वालेकुम नाज़रीन, मैं थोड़ी होस्ट टाइम लाहौरी ते तुसी देख रहे हो 50 टीवी ते अज असी आए हां अनारकली बाजार। अज अस करांगा लोगों नाल एक सवाल। सवाल की है के सवाल है वे ऐसी केड़ी चीज है जेड़ी उतो थल्ले आंदी है पर थल्लो उत्ते नहीं जांदी। तो चलो पुछदे हां लोगों कोलो। अस्सलाम वालेकुम। वालेकुम सलाम, की हाल है? ठीक ठाक, तुसी सुनाओ की करदे हो? तुसी ऐसे जलेबियां बनांदे हो? मिठियां आंदियां कि फिक्कियां आंदियां? दोनों बनाई दे, मिठियां फिक्कियां वे। ਕਿ ਜਲੇਬੀ ਹੁੰਦੀ ਹੈ ਜੀ? ਹੁੰਦੀ ਹੈ। ਤੇ ਫਿਰ ਫਾਇਦਾ ਜਲੇਬੀ ਖਾਣ ਦਾ? ਜਿਹਨਾਂ ਸ਼ੂਗਰ ਉਹ ਖਾ ਸਕਦੇ ਨੇ। ਤੇ ਜਿਹਨਾਂ ਸ਼ੂਗਰ ਨੇ ਫਿੱਕੀਆਂ ਹੀ ਖਾਣੀਆਂ ਤਾਂ ਨਾ ਖਾਣ। ਮਿੱਠੀਆਂ ਖਾਣ ਜਿਹਨਾਂ ਸ਼ੂਗਰ ਨੇ, ਜਿਹਨਾਂ ਸ਼ੂਗਰ ਫਿੱਕੀਆਂ ਖਾਣ। ਰਸਗੁੱਲੇ ਵੀ ਬਣਾਉਂਦੇ ਹੋ? ਹਾਂਜੀ, ਮੈਨੂੰ ਰਸਗੁੱਲੇ ਬੜੇ ਪਸੰਦ ਹੈ। ਮੈਨੂੰ ਚੈੱਕ ਕਰਵਾ ਕਿਹਦਾ ਬਣਾਉਂਦੇ ਹੋ। ਨਾਜ਼ਰੀ ਮੈਂ ਤੁਹਾਨੂੰ ਰਸਗੁੱਲਾ ਖਾ ਕੇ ਦੱਸਦੀ ਹਾਂ ਕਿਹੋ ਜਿਹਾ ਬਣਿਆ ਹੈ। ਇਹ ਚੰਗਾ ਹੋਇਆ ਤੁਸੀਂ ਵੀ ਅਨਾਰਕਲੀ ਬਾਜ਼ਾਰ ਆਣਾ ਤੇ ਆਰਾਮ ਸੁਕੂਨਾਂ ਨਾਲ ਰਸਗੁੱਲਾ ਖਾਣਾ। ਤੇ ਮੈਂ ਚਮਚ ਨਾਲ ਨਹੀਂ ਖਾਂਦੀ, ਮੈਂ ਹੱਥ ਨਾਲ ਹੀ ਖਾਵਾਂਗੀ ਤੇ ਮੈਂ ਤੁਹਾਨੂੰ ਖਾ ਕੇ ਦੱਸ ਦਿੰਦੀ ਹਾਂ। ਕੈਮਰਾਮੈਨ ਨੇ ਖਾਂਦਾ ਡਾਇਟ ਤੇ ਵੇ। ਬਹੁਤ ਹੀ ਮਜ਼ੇਦਾਰ ਤੇ ਬਹੁਤ ਗਰਮ ਸੀ। ਤੇ ਗਰਮ ਬਣਾਉਂਦੇ ਹੋ? ਲੇਕਿਨ ਮਜ਼ੇਦਾਰ ਬਹੁਤ ਸੀ। ਕਿਸ ਤਰ੍ਹਾਂ ਬਣਾਉਂਦੇ ਹੋ? ਖੋਏ ਨਾਲ ਬਣਾਉਂਦੇ ਆ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਤੁਹਾਡਾ ਕੀ ਹਾਲ ਹੈ? ਮੈਂ ਇਹਨਾਂ ਨੂੰ ਬੜਾ ਯਾਦ ਕੀਤਾ। ਇਹਨਾਂ ਦੀ ਵੀਡੀਓ ਪਹਿਲੀ ਬੜੀ ਅੱਛੀ ਸੀ। ਮੈਂ ਕਿਹਾ ਜਦੋਂ ਦੁਬਾਰਾ ਫੇਰ ਨਾਲ ਕੋ ਜਾਵਾਂ ਜ਼ਰਾ। ਬੜੇ ਅੱਛੇ ਇਨਸਾਨ ਨੇ ਤੇ ਬੜੇ ਮਾਸ਼ਾਅੱਲਾ ਸੋਹਣੇ ਵੀ ਨੇ। ਕੁਵਾਰੇ ਹੁੰਦੇ ਤੇ ਰਿਸ਼ਤਿਆਂ ਦੀ ਬੜੀਆਂ ਤੁਹਾਡੇ ਲਈ ਆਈਆਂ ਸੀ ਔਖਰਾਂ ਪਰ ਤੁਸੀਂ ਦੱਸਿਆ ਤੁਹਾਡਾ ਲਾਸਾ ਹੀ ਹਾਲ। ਹਾਂਜੀ। ਹੋਰ ਸੁਣਾਓ, ਠੀਕ ਠਾਕ ਹੋ? ਪਹਿਲੇ ਨਾਲੋਂ ਬਿਹਤਰ ਹੀ ਹੈ। ਪਹਿਲੇ ਨਾਲੋਂ ਬਿਹਤਰ ਕੀ? ਕੋਈ ਟਰੱਕ ਰੁਕ ਵੱਜਾ ਸੀ ਲਾਸਟ ਟਾਈਮ ਤੁਸੀਂ ਆਏ ਸੀ ਨਾ, ਹਾਲਤ ਬੁਰੀ ਹੋ ਗਈ ਸੀ ਮੇਰੀ। ਮੈਨੂੰ ਵੇਖ ਕੇ ਤਾਂ ਲੋਕਾਂ ਦੀਆਂ ਹਾਲਤਾਂ ਸਹੀ ਹੁੰਦੀਆਂ, ਤੁਹਾਡੀ ਕਿਉਂ ਖਰਾਬ ਹੋ ਗਈ? ਬਸ ਉਹ ਸੋਚ ਦਾ ਫਰਮ, ਮੇਰੀ ਸੋਚ ਗੰਦੀ ਹੈ। ਐ ਸੋਚ ਨਹੀਂ ਗੰਦੀ, ਬੰਦਾ ਹੀ ਗੰਦਾ ਹੈ। ਅੱਛਾ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ। ਉਹ ਐਸੀ ਕਿਹੜੀ ਚੀਜ਼ ਹੈ ਜਿਹੜੀ ਉੱਤੋਂ ਥੱਲੇ ਆਉਂਦੀ ਹੈ ਪਰ ਥੱਲੋਂ ਉੱਤੇ ਨਹੀਂ ਜਾਂਦੀ? ਉੱਤੋਂ ਥੱਲੇ ਆਉਂਦੀ ਤੇ ਥੱਲੋਂ ਉੱਪਰ ਨਹੀਂ ਜਾਂਦੀ। ਹਾਂਜੀ, ਮੈਂ ਵੀ ਆਹੀ ਪੁੱਛਿਆ ਜੋ ਤੁਸੀਂ ਮੇਰੇ ਕੋਲ ਪੁੱਛਿਆ। ਜਵਾਬ ਤੁਸੀਂ ਦੇਣਾ। ਚਾਹ ਰੋਟੀ ਖਾਣ ਦਿਓ, ਰੋਟੀ ਖਾ ਲਈਏ। ਆਹੋ ਰੋਟੀ ਖਾ ਕੇ ਵਿਹਲੇ ਹੋਏ ਆ। ਮੇਰੇ ਆਉਣ ਤੋਂ ਪਹਿਲੇ ਮਗਾ ਦਿੱਤੀ, ਮੈਂ ਖਾ ਹੀ ਨਾ ਰਾਮ, ਮੈਂ ਅੰਦਰ ਬੈਠ ਕੇ ਖਾ ਕੇ ਆਈ ਆ ਵੈਸੇ। ਇਸ ਵਜ੍ਹਾ ਤੁਸੀਂ ਬੁਲਾਇਆ ਹੀ ਨਹੀਂ? ਮੈਂ ਆਪਣਾ ਬਿੱਲ ਦੇ ਦਿੱਤਾ, ਤੁਸੀਂ ਆਪਣਾ ਆਪ ਹੀ ਦਿਓ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਪਹਿਲੇ ਮੈਨੂੰ ਇਹ ਦੱਸ ਨਾ, ਡਰਦਾ ਕਿਉਂ ਪਿਆ? ਮੈਂ ਚਾਰ ਵਾਰ ਸੋਚਿਆ ਤੇ ਕੋ ਪੁੱਛਾਂ ਜਾਂ ਨਾ ਪੁੱਛਾਂ ਹੈ। ਕੀ ਪੁੱਛਾਂ? ਸਵਾਲ ਪੁੱਛਣਾ ਵੀ ਦੇਖੋ, ਪੁੱਛ ਲਓ। ਪੁੱਛ ਲਓ। ਇਜਾਜ਼ਤ ਹੈ? ਇਜਾਜ਼ਤ ਹੈ। ਮੈਂ ਤਾਂ ਜਿੰਨਾ ਤੋਂ ਘਬਰਾ ਰਿਹਾ ਤੇ ਮੈਂ ਆਪ ਤੈਨੂੰ ਇੱਕ ਘਬਰਾ ਗਿਆ। ਮੈਂ ਕਹਿਣਾ ਮੈਂ ਕੋ ਸਵਾਲ ਪੁੱਛਾਂ ਤੇ ਮੈਂ ਉਹ ਚਪੇੜ ਹੀ ਕੱਢ ਮਾਰੇ। ਇੰਨੇ ਗੁੱਸੇ 'ਚ ਖੜਾ ਹੋਇਆ ਵੇ ਕਿ ਦਾਲ ਨਹੀਂ ਦੇਣ ਦਿਆ ਤੈਨੂੰ? ਆਹੋ ਨਹੀਂ ਦੇ ਰਹੇ। ਕਿਉਂ ਨਹੀਂ ਦੇਣ ਦਿਆ? ਪੈਸੇ ਨਹੀਂ ਦਿੱਤੇ ਤੈਨੂੰ? ਨਹੀਂ ਪੈਸੇ ਦਿੱਤੇ ਨੇ। ਪੈਸੇ ਦਿੱਤੇ ਨੇ ਫੇਰ ਵੀ ਨਹੀਂ ਦੇਣ ਦਿਆ? ਨਹੀਂ ਦੇ ਰਹੇ। ਅੱਛਾ ਚੱਲ, ਮੈਨੂੰ ਤਾਂ ਇੰਝ ਲੱਗਾ ਜਾਂ ਤੇਰੇ ਪੈਸੇ ਕਿ ਖੋ ਕੇ ਦੌੜ ਪਿਆ ਹੋ ਜਾਂ ਮੂੰਹ ਬਣਾਇਆ ਹੋ? ਨਹੀਂ ਨਹੀਂ, ਅੱਜ ਕੰਮ ਨਹੀਂ ਹੈਗਾ ਸੀ ਇਸ ਲਈ ਐਸਾ ਮੂੰਹ ਬਣਿਆ। ਅੱਛਾ ਕੰਮ ਨਹੀਂ ਹੈਗਾ ਸੀ, ਕੰਮ ਕਿਉਂ ਨਹੀਂ ਹੈਗਾ ਸੀ? ਆ ਜ਼ਰਾ ਕੰਮ ਸਲੋ ਹੈ ਜ਼ਰਾ ਮਾਰਕ। ਅੱਛਾ ਅੱਛਾ, ਮੈਨੂੰ ਸਵਾਲ ਦਾ ਜਵਾਬ ਦਿਓ। ਐਸੀ ਕਿਹੜੀ ਚੀਜ਼ ਹੈ ਜਿਹੜੀ ਉੱਤੋਂ ਥੱਲੇ ਆਉਂਦੀ ਹੈ ਥੱਲੋਂ ਉੱਤੇ ਨਹੀਂ ਜਾਂਦੀ? ਸੇ ਕੌਣ ਸੀ ਚੀਜ਼ ਹੈ ਜੋ ਥੱਲੇ ਉੱਤੇ ਆਉਂਦੀ ਉੱਤੇ ਥੱਲੇ ਨਹੀਂ ਜਾਂਦੀ? ਉੱਤੋਂ ਥੱਲੇ ਆਉਂਦੀ ਹੈ ਥੱਲੋਂ ਉੱਤੇ ਨਹੀਂ ਜਾਂਦੀ। ਕਿੰਨਾ ਸੋਚੀ ਪਿਆ ਹੈ? ਪਹਿਲੇ ਸੋਚ ਸੋਚ ਕੇ ਤੇਰੇ ਅੱਧੇ ਸਿਰ ਦੇ ਵਾਲ ਉੜ ਗਏ ਨੇ। ਉਮਰ ਕਿੰਨੀ ਹੈ ਤੇਰੀ? ਮੇਰੀ ਉਮਰ ਹੈ 25 ਸਾਲ। ਉਮਰ ਦੇ ਹਿਸਾਬ ਨਾਲ ਤੇਰੇ ਸਿਰ ਤੇ ਵਾਲਾਂ ਦਾ ਗੁਲਦਸਤਾ ਹੋਣਾ ਚਾਹੀਦਾ ਤੇ ਵਾਲ ਹੀ ਉੜ ਗਏ ਨੇ। ਬਹੁਤ ਜ਼ਿਆਦਾ ਸੋਚਦਾ, ਇੰਨਾ ਕੀ ਸੋਚਦਾ ਰਹਿੰਦਾ? ਕੁੜੀਆਂ ਬੜੇ ਸੋਚਦਾ ਰਹਿੰਦਾ। ਕੁੜੀਆਂ ਹੀ ਤਾਂ ਸ਼ਾਦੀ ਸ਼ੁਦਾ ਹੈਗਾ ਮੈਂ। ਸ਼ਾਦੀ ਸ਼ੁਦਾ ਤਾਂ ਦੀ ਵਾਲ ਉੜ ਗਏ ਨੇ, ਹੁਣ ਸਮਝ ਆ ਗਈ ਹੈ ਮੈਨੂੰ। ਤੇ ਇੰਨੀ ਜਲਦੀ ਕਿਉਂ ਵਿਆਹ ਕਰ ਲਿਆ? ਬਸ ਕਿਸਮਤ ਸੀ ਵਿਆਹ ਹੋਣਾ। ਭੱਜ ਕੇ ਤਾਂ ਨਹੀਂ ਕੀਤਾ ਵਿਆਹ? ਨਹੀਂ ਨਹੀਂ, ਘਰ ਦੇ ਪਸੰਦ ਹੀ ਕੀਤਾ। ਤੇ ਘਰ ਦੇ ਪਸੰਦ ਕੀਤਾ? ਸਵਾਲ ਦਾ ਜਵਾਬ ਦੇ, ਕਿਹੜੀ ਚੀਜ਼ ਜਿਹੜੀ ਉੱਤੋਂ ਥੱਲੇ ਆਉਂਦੀ ਥੱਲੋਂ ਉੱਤੇ ਨਹੀਂ ਜਾਂਦੀ? ਬੜੀ ਚੀਜ਼ ਹੈਗੀ ਜਿਹੜੀ ਉੱਤੋਂ ਨਹੀਂ ਜਾਂਦੀ ਥੱਲੇ ਨਹੀਂ ਆਉਂਦੀ? ਹਾਂ ਤੇ ਦੱਸ ਨਾ, ਬੜੀਆਂ ਹੈਗੀਆਂ ਇੱਕ ਦੱਸ ਦੇ। ਨਹੀਂ ਪਤਾ। ਇੰਨਾ ਹੱਸੀ ਜਾਂਦੇ ਆ, ਮਤਲਬ ਕਿਸ ਗੱਲ ਦੀਆਂ? ਮਤਲਬ ਸ਼ਰਮਾਨ ਦੇ ਹੱਸਣ ਦੇ ਕਿਸ ਗੱਲ ਦੀਆਂ ਖੁਸ਼ੀਆਂ ਚੜੀਆਂ ਹੋਈਆਂ ਹੈ? ਪਹਿਲੀ ਦਫਾ ਇੰਟਰਵਿਊ ਦਿੱਤਾ ਨਾ ਸਨੈਸ ਲਈ। ਖੁਸ਼ੀ ਖੁਸ਼ੀ ਨਾਲ ਗੱਲਾਂ ਹੀ ਨਹੀਂ ਬੰਦ ਹੋ ਰਹੀਆਂ ਇੰਨੀਆਂ, ਤੇ ਮੇਰੀਆਂ ਨਹੀਂ ਖੁੱਲਦੀਆਂ। ਇਹ ਲੋਕਾਂ ਨੂੰ ਹੁੰਦੇ ਨਾ ਬੱਦੀ ਜਾਂਦੇ, ਇਹਦੇ ਮੈਨੂੰ 36 ਨਜ਼ਰ ਆਉਂਦੇ ਨੇ। ਬਸ ਦੰਦ ਕਿੰਨੇ ਹੁੰਦੇ ਨੇ? 32 ਹੁੰਦੇ ਨੇ ਕਿ 36 ਹੁੰਦੇ ਨੇ? 32 ਹੁੰਦੇ ਨੇ। ਹਾਂ, ਇਹਦੇ 36 ਨਜ਼ਰ ਆਉਂਦੇ ਨੇ। ਉਹ ਫਿਰ ਪਾਣੀ ਹੋ ਸਕਦਾ, ਫਿਰ ਪਾਣੀ ਫੇਕੋ ਕਿਤੇ, ਉਹ ਉੱਪਰ ਨਹੀਂ ਜਾਏਗਾ। ਹਾਂਜੀ, ਕਦੇ ਫੁਹਾਰਾ ਵੇਖਿਆ ਚੱਲਦਾ ਹੋਇਆ? ਉਹ ਥੱਲੋਂ ਪਾਣੀ ਉੱਪਰ ਜਾਂਦਾ? ਹਾਂਜੀ, ਪਾਣੀ ਤਾਂ ਗਿਆ ਉੱਪਰ। ਹਾਂ ਤੇ ਫਿਰ ਮੈਨੂੰ ਦੱਸ, ਥੱਲੇ ਆ ਜਾਂਦਾ? ਕੁਛ ਵੀ ਨਹੀਂ ਕਹਿੰਦਾ, ਕਿਹੜੇ ਕੋ ਪੁੱਛਿਆ ਜਾ ਦੂਆ। ਅਸਲਾਮ ਅਲੈਕੁਮ। ਇੱਕ ਮਿੰਟ ਦਾ ਠਹਿਰ ਜੋ। ਅੱਲਾ, ਇੰਨਾ ਨਖਰਾ। ਅਸਲਾਮ ਅਲੈਕੁਮ ਜੀ। ਵਾਕ ਸਲਾਮ, ਕੀ ਹਾਲ ਹੈ? ਠੀਕ ਹੋ? ਅੱਲਾ ਸ਼ੁਕਰ ਦੁਆ, ਤੁਸੀਂ ਸੁਣਾਓ? ਮਾਸ਼ਾਅੱਲਾ, ਤੁਹਾਡੀਆਂ ਅੱਖਾਂ ਬਹੁਤ ਹੀ ਪਿਆਰੀਆਂ। ਅੱਲਾ ਅੱਲਾ ਦਾ ਕੰਮ ਹੈ ਜੀ। ਅੱਲਾ ਦਾ ਬਹੁਤ ਕਰਮ ਹੈ ਤੁਹਾਡਾ। ਮਾਸ਼ਾਅੱਲਾ, ਤੁਹਾਡਾ ਕਾਫੀ ਨੂਰ ਹੈ ਤੁਹਾਡੇ ਚਿਹਰੇ ਤੇ। ਅੱਲਾ ਹੀ ਰਹਿਮਤ ਦੇ। ਮੈਂ ਤੇ ਮੇਕਅਪ ਕਰਕੇ ਸੋਹਣੇ ਲੱਗ ਰਹੇ ਸੀ, ਮੇਕਅਪ ਤੋਂ ਬਗੈਰ ਹੀ ਮਾਸ਼ਾਅੱਲਾ ਬਹੁਤ ਪਿਆਰੇ ਲੱਗ ਰਹੇ। ਸਵਾਲ ਦਾ ਜਵਾਬ ਦਿਓ, ਉਹ ਐਸੀ ਕਿਹੜੀ ਚੀਜ਼ ਹੈ ਜਿਹੜੀ ਉੱਪਰੋਂ ਥੱਲੇ ਆਉਂਦੀ ਹੈ ਪਰ ਥੱਲੋਂ ਉੱਤੇ ਨਹੀਂ ਜਾਂਦੀ? ਚਲੋ ਹੁੰਦੀ ਹੈ ਮੇਰੇ ਖਿਆਲ,
बारिश। बारिश किस तरह? बारिश ऊपर से नीचे, नीचे ऊपर से नहीं आती। अच्छा चाचा बड़ा समझदार है, चाचा ने फौरन मिनटों पहले जवाब देता, लेकिन असं किसी होने नहीं दसना क्या जवाब सही है। अच्छा असं फिर भी लोगों को पूछना है, तो चलो किसी और पूछते हैं। वैसे चाचे का रसगुल्ला बड़ा मजेदार से, तुम्हें भी आना तो आके खाना तो खा के चाचे को पैसे देना। मैं तो फ्रिज खा लिया, मैंने उन्नी भुख लगी हुई इसमें, इसलिए खा लिया। उतो थले आंदी ते थलो ऊपर। ए दो दफा तुसी सवाल ही पूछ लिया, सवाल दा जवाब मैनूं दसना है? सवाल नहीं मेरे को बार बार पूछना, समझ नहीं आ रही मैनूं। तुसी सवाल दा जवाब दे। बैड मॉर्निंग होई हुंदी है ना, तुसी अपने घर दे मसले नहीं तो दसना मैनूं, गल सवाल दा जवाब दो केड़ी चीज। हां याद आ गया, बारिश। अच्छा मैनूं सवाल दा जवाब दो, ऐसी केड़ी चीज है जेड़ी उतो थले आंदी थलो उत्ते नहीं जांदी? बारिश। नहीं मतलब पहले कैसे करो करो सवाल सवाल किया, सारे मैं एक दफा मेरे उत्तर डिग पे, एक दफा शुरू हो गए ने। बंदा वारी वारी सोचता है, टाइम लगता है, गलबात करता। अच्छा मैंने एक सवाल का जवाब दो, वो ऐसी कई चीज है जो ऊपर थले आती है थलो उत्ते नहीं जाती? पानी, बारिश। अच्छा थोड़ा फाइनल जवाब यही है? हाँ जी। ओ, 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 ओ